ਅਸਲਾਮੁਅਲੈਕੁਮ ਜੀ ਮਾਰ ਸਾਹਿਬ ਅੰਕਲ ਜੀ ਆ ਰੱਖੋ ਇੱਕ ਮਿੰਟ ਆ ਵੀ ਰੱਖੋ ਨਹੀਂ ਇਸ ਨੂੰ ਮਾਲ ਵੀ ਰੱਖੋ ਆ ਮੈਨੂੰ ਛਿਲ ਛਿਲ ਕੇ ਦਿਓ ਜ਼ਰਾ ਮੈਨੂੰ ਛਿਲ ਛਿਲ ਕੇ ਦੇਈ ਜੋ ਨਾਲ ਆਪਾਂ ਗੱਲਾਂ ਕਰੀ ਜਾਂਦੇ ਤੁਹਾਡੇ ਹੱਥ ਨੇ ਮੇਰੇ ਹੱਥ ਹੈ ਨੇ ਸਰ ਮੈਂ ਮਾਈਕ ਫੜਿਆ ਨਾ ਮਿਹਰਬਾਨੀ ਇਸ ਟਾਈਮ ਰਾਤ ਦੇ ਇੰਨੀ ਲੇਟ ਕੀ ਰੌਲਾ ਫਾਲੀ ਨਹੀਂ ਵੇਚਿਆ ਸੁਭਾ ਦਾ ਕੰਮ ਹੀ ਨਹੀਂ ਫਾਲੀ ਨਹੀਂ ਵੇਚਿਆ ਸੁਭਾ ਦਾ ਇਹ ਚਿੱਲੀ ਜੋ ਨਾਲ ਇੰਨਾ ਬੜਾ ਫਲ ਤੁਸੀਂ ਇਕੱਲਿਆਂ ਨੇ ਲਾਇਆ ਹਾਂਜੀ ਇਕੱਲਿਆਂ ਨੇ ਲਾਇਆ ਜਾਂ ਕੋਈ ਬੰਦਾ ਆ ਕੇ ਲਵਾ ਕੇ ਤੁਹਾਨੂੰ ਚਲਾ ਜਾਂਦਾ ਰਾਤ ਨੂੰ ਆ ਕੇ ਭਾਜੀ ਮੈਂ ਇਕੱਲੇ ਨੇ ਲਾਇਆ ਜੇ ਹੋਰ ਕਿਸੇ ਬੰਦੇ ਨਾਲ ਕੀ ਭਾਅ ਨੇ ਇਹਨਾਂ ਦਾ ਇਹ ਕੀ ਰੇਟ ਆ ਇਹ ਹੈਗੇ 100 ਰੁਪਈਏ 40 ਰੁਪਈਏ 120 ਰੁਪਈਏ 140 160 120 ਹਾਂਜੀ ਤੁਸੀਂ ਰੇਟ ਦੱਸਣ ਜੀ ਇੰਨੇ ਕਨਫਿਊਜ਼ ਹੋ ਤੁਸੀਂ ਤੁਹਾਨੂੰ ਪਤਾ ਨਹੀਂ ਲੱਗਣਾ ਮੈਂ ਕਹਿੰਦਾ ਭਾਈ ਤੁਸੀਂ ਸਾਰੇ ਲੈ ਜਾਓ ਸਾਡੀ ਕੰਫਿਊਜ਼ ਹੀ ਖਤਮ ਹੋ ਜਾਏ ਨਹੀਂ ਤੁਸੀਂ ਕਿਸ ਤਰ੍ਹਾਂ ਐਡਾ ਮਹਿੰਗਾ ਫਲ 5 ਕਿਲੋ ਵਾਲਾ ਗਾਹਕ ਆ ਜੇ ਤੂੰ ਚੁੱਕ ਲੈਣੇ ਛਾਪਰ ਪੂਰਾ ਹਾਂਜੀ ਭਾਈ ਜੀ ਨਹੀਂ ਸੱਚੀ ਨਹੀਂ ਭਾਈ ਹੋਰ ਤੁਸੀਂ ਚੁੱਕਦੇ ਹੋ ਨਹੀਂ ਵੱਟਾ ਰੱਖ ਲੈਣੇ ਆ ਆ ਮੈਂ ਓਏ ਭਾਈ ਯਾਰ ਆ ਮੈਂ ਖਾਣੀ ਹੈ ਤੁਹਾਡਾ ਨਾਂ ਕੀ ਹੈ ਰਾਣਾ ਮਨੋਕਰ ਰਾਣਾ ਰਾਣੇ ਦੇ ਬੜੇ ਸਿਹਤਮੰਦ ਹੁੰਦੇ ਤੂੰ ਕਿਹੜਾ ਰਾਣਿਆਂ ਦੀ ਕਰੋੜੀ ਹੀ ਲੱਗਦੀ ਸਿਰਫ ਐ ਫੜੋ ਜੁਗਤਾਂ ਨਾ ਮਾਰੋ ਮੈਨੂੰ ਜੁਗਤ ਆਉਂਦੀ ਕੋਈ ਨਹੀਂ ਤਾਂ ਨਹੀਂ ਆਉਂਦੀ ਤੁਸੀਂ ਕਿੱਥੇ ਦੇ ਰਹਿੰਦੇ ਅਟੈਚ ਕਿੱਥੇ ਮਾਈ ਦੀ ਝੁੱਗੀ ਮਾਈ ਦੀ ਝੁੱਗੀ ਤੇ ਮਾਈ ਦੀ ਝੁੱਗੀ ਰਹਿੰਦੇ ਕਹਿੰਦੇ ਮੈਨੂੰ ਜੁਗਤ ਨਹੀਂ ਆਉਂਦੀ ਲੈ ਮਾਈ ਦੀ ਝੁੱਗੀ ਤੇ ਮਸ਼ਹੂਰ ਆ ਜੁਗਤਾਂ 'ਚ ਅੱਛਾ ਜੀ ਯਕੀਨ ਕਰੋ ਆਹੋ ਕਹਿੰਦਾ ਕੱਚੀ ਕਰਨ ਵਾਲੀ ਉਂਗਲ ਵਰਗਾ ਮੂੰਹ ਤੁਹਾਡਾ ਕੱਚੀ ਨਹੀਂ ਕਰੀ ਦੀ ਇਹਨਾਂ ਦਾ ਵੇਖੋ ਜਿਵੇਂ ਝੰਗ ਬਾਜ਼ਾਰ ਦਾ ਨਾਸ਼ਤਾ ਹੁੰਦਾ ਉਸ ਨਾਸ਼ਤੇ 'ਚ ਕੀ ਅਸੀਂ ਗੱਲ ਹੁੰਦੀ ਵੀ ਜਿਹਦੀ ਜੁਗਤ ਬਣਾ ਲਈ ਤੁਸੀਂ ਵੀ ਤਾਂ ਗੱਲ ਕੀਤੀ ਨਾ ਮੈਂ ਕਿਹਾ ਕੱਚੀ ਕਰਨ ਵਾਲੀ ਉਂਗਲ ਵਰਗਾ ਮੂੰਹ ਆ ਐ ਨਹੀਂ ਕਰੀ ਦੀ ਜਾ ਮੈਂ ਨਹੀਂ ਤੇਰੇ ਨਾਲ ਬੋਲਦਾ ਮੈਂ ਮੂਹਰੀ ਗੱਲ ਫਿਰ ਮੈਂ ਛਿਲੋ ਛਿਲੋ ਤੁਸੀਂ ਨਹੀਂ ਖਾਣੀ ਤੁਸੀਂ ਮੈਂ ਦਾਣੇ ਮੈਨੂੰ ਦੇਣੇ ਬਾਕੀ ਖਾਈ ਜੋ ਛਿਲਕੇ ਛੁਲਕੇ ਚੱਲ ਮੈਂ ਲੈਣ ਆਇਆ ਫਲ ਦੱਸ ਇਹ ਕੀ ਭਾਅ ਨੇ 160 ਰੁਪਏ 40 ਰੁਪਏ ਲਾ ਲਾ ਚੱਲ ਦੇ 40 ਸਾਰੇ ਲੈ ਜਾ ਲੈ ਕਿੱਡਾ ਕਿਆ ਫਿਰਦਾ ਯਾਰ ਆਪਰ ਇਹ ਚ ਦਾਣੇ ਪਵਾ ਲਈ ਅੱਛਾ ਚੱਲ ਮੈਨੂੰ ਤੂੰ ਸਾ ਮੈਨੂੰ ਸਾ ਮਤਲਬ ਮੈਨੂੰ ਚੱਲ ਮੈਂ ਸਾ ਸਕਦੇ ਹੀ ਨਹੀਂ ਕਿਉਂ ਕਿਉਂਕਿ ਮੈਂ ਤੇ ਕੰਮ ਤੇ ਖਲੋਤਾ ਵਾਂ ਕੰਮ ਤੇ ਕਫਨ ਵੇਚਣੇ ਆ ਤੂੰ ਸਾ ਨਹੀਂ ਸਕਦਾ ਮੈਨੂੰ ਕਫਨ ਵੇਚ ਨਹੀਂ ਮਤਲਬ ਕੀ ਤੂੰ ਲਾਸ਼ਾਂ ਦਾ ਕੰਮ ਕਰਦਾ ਆ ਵੀ ਇੱਥੇ ਅਕਲਮੰਦ ਆ ਇਹਨਾਂ ਕੇ ਇੱਕ ਫੌਜੀ ਹੋ ਗਏ ਉੱਥੇ ਗਿਆ ਕਹਿੰਦਾ ਭਾਅ ਜੀ ਕਫਨ ਸਵਾਉਣਾ ਉਹ ਕਹਿੰਦਾ ਭਾਅ ਜੀ ਸੀ ਦਿਆਂਗੇ 500 ਰੁਪਈਆ ਲੱਗਣਾ ਕਹਿੰਦਾ ਭਾਅ ਜੀ 400 ਰੁਪਈਆ ਲੈ ਲਿਓ ਜੇਬਾ ਨਾ ਲਾਈਓ ਓਏ ਆ ਨਾਜ਼ਰੀ ਨਾ ਦੇਖੋ ਰਿਆ ਅੱਲਾ ਦੀ ਕਸਮ ਹੈ ਮੈਨੂੰ ਨਹੀਂ ਪਤਾ ਇੱਥੇ ਖੜਾ ਹੈ ਹੈ ਨਾ ਹਾਂਜੀ ਯਾਰ ਇਹ ਮੂੰਹ ਦੇਖ ਤੂੰ ਕਿੱਥੋਂ ਆਇਆ ਫਿਰਦਾ ਮਾਮਾ ਤੇਰਾ ਪ੍ਰੋਗਰਾਮ ਵਾਇਰਲ ਵੇਖਿਆ ਕਹਿੰਦਾ ਪੂਰੀ ਦੁਨੀਆ 'ਚ ਚੱਲਣ ਦਿਆ ਹਾਂਜੀ ਵੇਖਿਆ ਹੈ ਨਾ ਹਾਂਜੀ ਮਰੇ ਚੱਲ 100 ਬੋਰੀ ਕਣਕ ਦੀ ਚੁੱਕੀ ਹੈ ਨਾ ਐਂਡ ਵਾਲੀ ਬੋਰੀ ਥੱਲੇ ਇਦਾਂ ਦੀ ਜੋਈ ਨਿਕਲਦੀ ਇਹਨੂੰ ਮੈਂ ਨਾਲ ਤੂੰ ਹਰ ਸ਼ੋਅ ਤੇ ਮੇਰੇ ਨਾਲ ਰਿਹਾ ਕਰਨਾ ਠੀਕ ਆ ਤੈਨੂੰ ਮੈਂ 50 ਰੁਪਏ ਦਿਆ ਕਰਾਂ ਇੱਕ ਸ਼ੋਅ ਦੇ ਠੀਕ ਉਹ 50 ਰੁਪਏ ਭਾਣ ਦੇਖੋ ਤੇ ਸਹੀ ਅੱਲਾ ਮਾਫੀ ਦੇ ਵੇਖੋ ਨੀਲ ਕਰਾਇਆ ਹਾਂ ਯਾਰ ਦੇਖ ਬੱਤੀਆਂ ਵਾਲਾ ਚੁੱਲਾ ਹੁੰਦਾ ਚੱਲ ਸਬਜ਼ ਮੰਡੀ ਦਾ ਜੂੜਾ ਹੁੰਦਾ ਤੇਰਾ ਨਾਂ ਕੀ ਆ ਤੇਰਾ ਮੁੰਨਾ 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 ਸ਼ਾਬਾਸ਼ ਮੁੰਨਾ ਦੋ ਮੂੰਹ ਵਾਲੀ ਬਿੱਲੀ ਹੁੰਦੇ ਪਿੱਤ ਮਾਰਨ ਦੇ ਜ਼ੁਲਮ 'ਚ ਫਾਂਸੀ ਹੋਈ ਹੁੰਦੀ ਮਾਰ ਖਾ ਲਈ ਕਿਉਂ ਉਹਨਾਂ ਨੇ ਜਨਾਜ਼ਾ ਚੁੱਕੇ ਇਹਨੇ ਕਿ ਨਾਰਕ ਮਾਰਦਾ ਮੈਂ ਕਹਿੰਦਾ ਮੈਂ ਤੇਰੇ ਸਿਰ ਦੀ ਕਸਮ ਖਾਣਾ ਤੂੰ ਮਰ ਜਾਵੇ ਮੈਂ ਝੂਠ ਬੋਲਾਂ ਮੈਨੂੰ ਪਤਾ ਨਹੀਂ ਸੀ ਤੇ ਖੜਾ ਹੈ ਮੈਨੂੰ ਪਤਾ ਸੀ ਰਾਮ ਜਾਨਵਰ ਦਾ ਪੈਰ ਹੁੰਦਾ ਇਹ ਭੈਣ ਕੁਆਟਰ ਮੰਡੀ ਦੇ ਨੇ ਅੱਛਾ ਹਾਂ ਇਹ ਮੋਇਆ ਇਹ ਮੈਨੂੰ ਮੋਇਆਂ ਦੀ ਮੰਡੀ ਤੇ ਲੱਗਦੇ ਮਾਈ ਦੀ ਝੁੱਗੀ ਦਾ ਦੇ ਮਾਈ ਦੀ ਝੁੱਗੀ ਸੌਰੀ ਆ ਸੌਰੀ ਮਾਈ ਦੀ ਝੁੱਗੀ ਦੇ ਨੁੱਕਰ 'ਚ 12 ਨੇ ਸ਼ਵਾਰਮਾ ਲੈਣ ਗਿਆ ਤੇ ਉਹਨੇ ਦੋਵਾਂ ਸਾਈਡਾਂ ਤੋਂ ਬੰਦ ਕਰਤਾ ਕਹਿੰਦਾ ਮੈਂ ਖਾਣਾ ਕਿਤੇ ਫਲਾਉਣਾ ਭੈਣ ਕਹਿੰਦਾ ਇਹ ਜਲੇਬੀਆਂ ਵਾਲੇ ਕੋ ਬੇਹੋਸ਼ ਹੋ ਗਿਆ ਕਿਉਂ ਉਹ ਕਹਿੰਦਾ ਉਹ ਕੱਢਣ ਡਿਆ ਮੈਨੂੰ ਚੱਕਰ ਆ ਗਏ ਜਲੇਬੀਆਂ ਜਾ ਕਹਿੰਦਾ ਮੈਨੂੰ 20 ਰੁਪਏ ਦੇ ਮਿੱਠੇ ਗੁੰਜਲ ਦੇ ਦੋ ਕਹਿੰਦਾ ਮਿੱਠੇ ਗੁੰਜਲ
ਰਾਤ ਨੂੰ ਸੁੱਤੇ ਤੇ ਢਿੱਡ ਦੇ ਕੋ ਜਲੇਬੀਆਂ ਰੱਖ ਗਿਆ, ਸਵੇਰੇ ਉੱਠ ਕੇ ਕਹਿੰਦਾ ਮੇਰੀ ਆਂਦਰਾਂ ਬਾਹਰ ਆ ਗਈ। ਜਲੇਬੀ ਵਾਲੇ ਕੋਈ ਇਸਤਰੀ ਲੈ ਖਲੋਤਾ, ਮੈਂ ਕਿਹਾ ਕੀ ਹੋਇਆ? ਕਹਿੰਦੇ ਤੇ ਵੱਟ ਕੱਢਣਾ। ਭੈਣੇ ਮੇਰੀ ਗੱਲ ਸੁਣੋ, ਮਾਰ ਇੱਕ ਅੱਛੀ ਜੁਗਤ ਮਾਰ ਦਿਓ, ਮੈਂ ਚਲਾ ਜਾਵਾਂਗਾ, ਨਹੀਂ ਤਾਂ ਸਾਰੀ ਰਾਤ ਤੁਹਾਡੀ ਹੋਣੀ। ਇਹੋ ਜਿਹੇ ਬੰਦੇ ਕਿੱਥੇ ਹੁੰਦੇ? ਪੋਸਟਮਾਰਟਮ ਵਾਲੇ ਦਫ਼ਤਰ, ਦੁਕਾਨਦਾਰੀ ਦਾ ਟਾਈਮ ਆ ਯਾਰ। ਇਹਨਾਂ ਨੇ ਭਾਈ ਘਰ ਨੇ ਕਰੇਲੇ ਪਕਾਏ ਤੇ ਧਾਗਾ ਨਹੀਂ ਸੀ ਹੈ, ਦੁਕਾਨ ਤੇ ਕਰੇਲਾ ਲਿਆ, ਕਹਿੰਦੇ ਇਹਦੇ ਨਾਲ ਦੀ ਨਲਕੀ ਦੇ। ਆਪ ਇਹਨੇ ਕਵਰ ਸਾਂਝ ਕੰਟੀਨ ਪਾ ਲਈ। ਅੱਛਾ, ਬੰਦਾ ਇੱਕ ਨੰਗਿਆ ਕਹਿੰਦਾ ਯਾਰ ਕੀ ਗੱਲ, ਇੱਥੇ ਕਰ ਬੋਣੀ ਨਹੀਂ ਕੀਤੀ। ਕਹਿੰਦਾ ਯਾਰ ਸੁੱਤੇ ਨਹੀਂ ਹਜੇ ਉੱਠੇ। ਤੁਹਾਡੀ ਬਰਕਤ ਤੁਹਾਡੇ ਮੂੰਗਫਲੀ ਵਾਲਾ ਸ਼ਾਪਰ ਹੁੰਦਾ, ਜਾਓ ਹੁਣ ਕੰਮ ਕਰ ਲੈਂਦੇ। ਪੜਕਰ ਤੂੰ ਮੇਰੇ ਨਾਲ ਰਹਿਣਾ, ਠੀਕ ਹੈ ਨਾ? ਕੀਮਾ ਲੈਣ ਗਿਆ ਤੇ ਨਾ ਭੁੱਲ ਗਿਆ, ਹੁਣ ਕਹਿੰਦਾ ਅੱਧਾ ਕਿਲੋ ਗੋਸ਼ਤ ਦੇ ਭੋਰੇ ਦੇ ਦੋ। ਤੂੰ ਵਿਆਹ ਤੇ ਚਲਾਉਣੇ ਆ, ਕੀ ਹੋਇਆ ਯਾਰ? ਹਰ ਬੰਦਾ ਆਕਿਆ ਹੀ ਫਿਰਦਾ, ਕੀ ਗੱਲ? ਕਿਉਂ ਕੀ ਗੱਲ? ਉਹ ਇਹ ਖਰਬੂਜ਼ੇ ਤੂੰ ਲਾਏ ਆ? ਆਹੋ, ਉਹ ਮਰੇ ਕੋਈ ਮਲੋਕ ਲਾ, ਕੋਈ ਜਾਮ ਨੂੰ ਲਾ, ਬਿਲਕੁਲ ਮੂੰਹ ਦੇ ਬਰਕਸ ਫਲ ਲਾ ਲਿਆ ਤੂੰ। ਕੌਣ ਹੈ ਤੂੰ? ਮੈਂ ਹੁਣ ਡੌਨ। ਉਹਦੇ ਹੱਥ 'ਚ ਮੈਕ ਨਹੀਂ ਹੁੰਦਾ, ਡੌਨ ਦੇ ਪਿਸਤੌਲ ਹੁੰਦੀ ਆ। ਬੈਕਾਂ ਵਾਲੇ ਬੂਟ ਪਾ ਕਹਿੰਦਾ ਮੈਨੂੰ 11:00 ਕਹੋ। ਅੱਛਾ, ਇਹ ਦੋ ਬੈਟਰੀਆਂ ਲਾਈਆਂ, ਇੱਕ ਫਲਾਂ ਵਾਸਤੇ, ਇੱਕ ਆਪਣੇ ਵਾਸਤੇ? ਨਹੀਂ, ਇੱਕ ਗਾਹਕ ਵਾਸਤੇ। ਨਹੀਂ, ਇੱਕ ਤੇਰੇ ਵਾਸਤੇ। ਆਹੋ, ਗਾਹਕ ਵਾਸਤੇ ਵੀ, ਗਾਹਕ ਨੂੰ ਮੈਂ ਵੀ ਨਜ਼ਰ ਆ ਜਾਵਾਂ। ਇਹ ਆਪਰੇਸ਼ਨ ਲਈ ਨਹੀਂ ਲਾਈਆਂ, ਇਹਦੇ ਉੱਤੇ ਸੌਦਾ ਵੇਚੀ ਦਾ। ਅੱਛਾ, ਆਪਰੇਸ਼ਨ। ਤੇਰੀ ਪੱਥਰੀ ਨਹੀਂ ਕੱਢਣੀ ਇੱਥੇ। ਤੂੰ ਮੇਰੇ ਇੱਕ ਸਵਾਲ ਦਾ ਜਵਾਬ ਦੇ ਦੇ। ਜੀ ਜੀ, ਮੈਂ ਤੈਨੂੰ ਇੱਕ ਸਵਾਲ ਕਰਦਾ। ਜੀ ਬਿਲਕੁਲ। ਤੈਨੂੰ ਟੈਨਸ਼ਨ ਆ ਵੀ ਮੇਰੇ ਖਰਬੂਜ਼ੇ ਵਿਕ ਨਹੀਂ ਰਹੇ? ਹਾਂਜੀ। ਤੇਰੇ ਸਾਰੇ, ਮੈਂ ਸਾਰਿਆਂ ਨੂੰ ਕਿਲੋ ਕਿਲੋ, ਦੋ ਦੋ ਕਿਲੋ ਲੈ ਕੇ, ਮੈਂ ਲਓਗੇ ਵੀ ਸਾਰੇ? ਹਾਂਜੀ ਹਾਂਜੀ। ਲਓ ਜੀ, ਇੱਕ ਸਵਾਲ ਦਾ ਜਵਾਬ ਦੇ ਦੇ। ਹਾਂ, ਦੱਸੋ। ਉਹ ਕਿਹੜਾ ਖੇਲ ਆ ਜੀ ਜੀ ਜਿਹਦੇ 'ਚ ਖਿਲਾੜੀ ਜਿਹੜਾ ਪਿੱਛੇ ਰਹਿ ਜਾਂਦਾ ਨਾ, ਉਹ ਜਿੱਤ ਜਾਂਦਾ? ਉਹ ਭਾਈ ਜੀ, ਹੁਣ ਮੈਂ 10 ਗਿਣਨਾ ਹੀ। 1 2 3 4 ਨਹੀਂ, ਉੱਲੂ ਡੰਡੇ ਨਹੀਂ। ਚਲੋ ਜੀ, 6 ਤੋਂ ਬਾਅਦ 9 ਰਹਿ ਜੋ, 1 ਰਹਿ ਗਿਆ। ਕਬੂਤਰ ਬਾਜੀ, ਕਬੂਤਰ ਤਾਂ ਨਹੀਂ ਪਤਾ ਬਾਜੀ, ਮੈਂ ਤੇਰੀ ਇੱਥੇ ਇਹੋ ਜਿਹੀ ਪਵਾਉਣੀ ਹੈ ਨਾ, ਪਰ ਮੈਂ ਕਹਿ ਰਿਹਾ ਤਾਂ ਮੈਂ ਯਾਰ ਕਬੂਤਰ ਤਾਂ ਉਹਨੂੰ ਨੱਸਦੇ ਆ। ਹਾਂ, ਤੇ ਜਿਹੜਾ ਪਿੱਛੇ ਰਹਿ ਜਾਂਦਾ। 9:15 ਤੇਰਾ ਰੋਜ਼ਾ ਕੁੱਟਣਾ, ਇੱਕ ਮਿੰਟ ਠਹਿਰ ਜਾ। ਇਹ ਦੁਨੀਆ 'ਚ ਇੱਕ ਐਸਾ ਮਜ਼ਹਬ ਹੈਗਾ, ਤੈਨੂੰ ਮੈਂ ਦੱਸਾਂ, ਸੱਚੀ ਮੁੱਚੀ ਦੱਸਣ ਲੱਗਾ, ਮਜ਼ਾਕ ਤੋਂ ਹਟ ਕੇ। ਨੌਲੇਜ ਵਾਸਤੇ, ਇੱਕ ਐਸਾ ਮਜ਼ਹਬ ਵੀ ਹੈਗਾ ਦੁਨੀਆ 'ਚ ਜਿਹੜੇ ਨਾ ਆਪਣੇ ਮੁਰਦਿਆਂ ਨੂੰ ਸਾੜਦੇ ਆ, ਨਾ ਉਹਨਾਂ ਨੂੰ ਕੁਛ ਕਰਦੇ ਆ, ਉਹਨੂੰ ਸਿਰਫ ਖਰਬੂਜ਼ੇ ਲਵਾ ਦਿੰਦੇ ਆ। ਇੱਕ ਮਿੰਟ ਭਾਈ ਇੰਦਰਾ, ਅਸਲਾਮ ਵਾਲੇਕੁਮ। ਜੀ ਵਾਲੇਕੁਮ ਸਲਾਮ ਜਨਾਬ। ਸਰ ਇੱਕ ਮਿੰਟ, ਅਸਲਾਮ ਵਾਲੇਕੁਮ। ਅਸਲਾਮ ਵਾਲੇਕੁਮ ਸਰ, ਕੀ ਹਾਲ ਚਾਲ ਤੁਹਾਡਾ? ਜੀ ਸ਼ੁਕਰ ਅੱਲਾ ਬਾਦ। ਇਸ ਟਾਈਮ ਕੀ ਕਰ ਰਹੇ ਇੱਥੇ ਬੈਠੇ ਤੁਸੀਂ? ਅਸੀਂ ਜੋ ਮਰਜ਼ੀ ਕਰੀਏ, ਤੁਸੀਂ ਕੌਣ? ਪਹਿਲੇ ਆ ਕੇ ਮੇਰਾ ਮਸਲ ਦਾ ਕੈਮਰਾ ਜਾਂ ਮੈਂ ਅੱਗੇ ਕਰਕੇ ਸਾਨੂੰ ਪੁੱਛਣ ਲੱਗ ਪਏ ਹਾਂ? ਅਸੀਂ ਦੂਰੋਂ ਆਉਂਦਿਆਂ ਨੂੰ ਇੰਜ ਹੀ ਸਮਝਿਆ ਆਈਸਕ੍ਰੀਮ ਖਾ ਰਹੇ, ਅਸੀਂ ਸਿਰਫ਼ ਇੰਤਜ਼ਾਰ ਕਰ ਰਹੇ। ਤੁਸੀਂ ਥੋੜ੍ਹਾ ਅੱਗੇ ਹੋ ਜਾਓ, ਤੁਹਾਡੀ ਆਵਾਜ਼ ਨਹੀਂ ਤਾਂ ਆ ਰਹੀ, ਇਹਦੇ ਅੱਗੇ ਬੋਲੋਗੇ? ਅਸੀਂ ਸਿਰਫ਼ ਇੰਤਜ਼ਾਰ ਕਰ ਰਹੇ ਹਾਂ ਕਿ ਮੌਤ ਦਾ ਰੇੜੀਆਂ ਤੋਂ ਸਸਤਾ। ਹਾਂਜੀ, ਮੌਤ ਦਾ ਇੰਤਜ਼ਾਰ ਕਰ, ਮੌਤ ਦੇ ਫਰਿਸ਼ਤੇ ਹੋ ਤੁਹਾਡਾ ਆਪਸ 'ਚ ਮਜ਼ਾਕ ਹੈ? ਨਹੀਂ ਜੀ। ਫਿਰ ਤੁਹਾਨੂੰ ਕਿਉਂ ਜੁਗਤਾ ਮਾਰ ਰਹੇ? ਘੋੜੇ ਕੁੜੀ ਚੁੱਕਣ ਗਏ ਕਿਸੇ ਦੇ ਘਰ ਤੁਹਾਡੇ, ਤੈਨੂੰ ਘੋੜੇ ਖੱਚਰ ਚ ਕੋਈ ਫਰਕ ਨਜ਼ਰ ਨਹੀਂ ਆ ਰਿਹਾ? ਬਹੁਤ ਅੱਛੇ, ਬਹੁਤ ਅੱਛੇ। ਉਹਨਾਂ ਨੂੰ ਫਰਕ ਨਜ਼ਰ ਆਉਂਦਾ ਤੇ ਨਾਲ ਹੀ ਬੈਠੇ ਹੁੰਦੇ। ਸਾਈਕਲ ਤੇ ਜਾਣ ਡਿਆ, ਡਿੱਗ ਪਿਆ, ਬੰਦੇ ਨੇ ਆ ਕੇ ਚੁੱਕਿਆ, ਕਹਿੰਦਾ ਸੜਤੇ ਨਹੀਂ ਲੱਗੀ? ਕਹਿੰਦਾ ਨਹੀਂ, ਮੈਂ ਉਤਰਦਾ ਹੀ ਆਈ ਆ। ਤੁਸੀਂ ਆਪਣੀ ਗੱਲ ਤੋਂ ਉੱਥੇ ਰਹੋ। ਅੱਛਾ, ਮੇਰੀ ਗੱਲ ਸੁਣੋ, ਲੈਂਡੇ ਤੇ ਮੀਤਾ ਬੱਚਨ ਸਾਹਿਬ ਤੁਹਾਨੂੰ ਕਹਿ ਰਹੇ ਆ, ਕੌਣ ਤੁਸੀਂ ਪਹਿਲੇ ਦੱਸੋ ਸਾਨੂੰ? ਵੱਖਰਾ ਤੂੰ ਸਾਡੇ ਆ ਕੇ ਸਾਨੂੰ ਸਵਾਲ ਜਵਾਬ ਕਰਨ ਲੱਗ ਪਏ ਹੋ। ਮੈਂ ਤੇ ਸਵਾਲ ਕੀਤਾ ਹੀ ਕੋਈ ਨਹੀਂ, ਕੈਸੀ ਮਤ ਵਜੀ ਇਹਦੀ? ਉਹ ਕੈਸੀ ਮਤ ਵਜੀ ਯਾਰ, ਮੇਰੇ ਸਿਰ 'ਚ ਥੋੜਾ ਮਜਾ ਆਉਂਦਾ। ਜਿਹੜੀ ਸ਼ਾਇ ਜਿਹੜੀ ਸੱਜੇ ਹੱਥ ਨਾਲ ਫੜ ਲਈਦੀ, ਖੱਬੇ ਨਾਲ ਨਹੀਂ ਫੜ ਸਕਦੇ ਤੁਸੀਂ ਯਾਰ? ਅਸੀਂ ਸਕੂਲੇ ਆਏ ਤੇ ਹਾਰ ਗਏ, ਹਾਰ ਗਏ ਅਸੀਂ। ਅੱਛਾ, ਇਹ ਉਹ ਕੌਮ ਆ, ਇਹਨੇ ਸਵਾਲ ਦੇ ਜਵਾਬ ਵੱਲ ਗੌਰ ਨਹੀਂ ਕਰਨਾ, ਜੁਗਤਾਂ ਮਾਰੀ ਜਾਣੀਆਂ ਵੀ। ਜਿੰਨਾ ਤੂੰ ਜ਼ੋਰ ਮੈਨੂੰ ਜੁਗਤਾਂ ਮਾਰਨ 'ਚ ਲਾ ਰਿਹਾ, ਸਵਾਲ ਦਾ ਜਵਾਬ ਸੋਚ ਲਾ। ਕੌਮ ਦੇ ਵਿੱਚ ਪਾ ਰਹੇ ਆ, ਕੌਮ ਕਿਹੜੀ? ਮੈਂ .com .com www.com। ਹਾਂ, ਅੱਛਾ ਦੱਸੋ ਨਾ ਕਿਹੜੀ ਸ਼ਾਇ ਆ ਯਾਰ? ਸਾਨੂੰ ਨਹੀਂ ਪਤਾ। ਹਾਰ ਗਿਆ, ਹਾਰ ਗਿਆ, ਹਾਰ ਗਿਆ। ਭਾਈ ਨਾ, ਕਿਹੜੀ ਸ਼ਾਇ ਜਿਹੜੀ ਤੁਸੀਂ ਸੱਜੇ ਹੱਥ ਨਾਲ ਪੜ ਸਕਦੇ, ਖੱਬੇ ਨਾਲ ਨਹੀਂ ਪੜ ਸਕਦੇ? ਤੈਨੂੰ ਪਤਾ ਹੀ ਨਹੀਂ ਹੈਗਾ? ਨਹੀਂ ਪਤਾ ਯਾਰ।
ਮੈਨੂੰ ਵੀ ਨਹੀਂ ਪਤਾ। ਨਹੀਂ ਤੁਹਾਨੂੰ ਕੀ ਮਸਲਾ ਹੈ? ਤੁਸੀਂ ਐਡਾ ਮੇਰਾ ਇੱਕ ਤੇ ਹਰ ਬੰਦਾ ਮੇਰੇ ਵੇਖ ਕੇ ਫੌਰਨ ਮਰਾਸੀ ਹੋ ਜਾਂਦਾ। ਓ ਤੈਨੂੰ ਅਸੀਂ ਮਰਾਸੀ ਲੱਗਣ ਦਾ? ਸਾਫ ਕਪੜੇ ਵਾਲੇ ਮਰਾਸੀ ਹੁੰਦੇ ਨੇ, ਤਮੀਜ਼ ਹੁੰਦੀ, ਕੋਈ ਸੈਂਸ ਹੁੰਦੀ ਹੈ ਯਾਰ। ਉਹ ਜਨਾਬ ਬ੍ਰੇਕ ਢੋਲਕ ਨਹੀਂ ਹੁੰਦੀ ਇੱਕ ਸਾਈਡ ਤੋਂ ਉੰਜਦਾ, ਤਾਂ ਅਸੀਂ ਮਰਾਸੀ। ਅੱਛਾ ਮੈਂ ਕੋਈ ਗੱਲ ਕਰ ਲਾਂ? ਕਰ ਕਰ ਗੱਲ ਕਰੋ ਜੀ। ਕਬਰਸਤਾਨ ਨਾਸ਼ਤਾ ਲਾ ਲਿਆ ਮੈਂ, ਕਿਹਾ ਵੀ ਕਹਿੰਦਾ ਨਹੀਂ ਹਲੀ ਉੱਠੇ ਕੋਈ।